What's up guys, ਕਿੱਦਾਂ ਕੀ ਹਾਲ ਚਾਲ ਠੀਕ ਠਾਕ ਹੋ ਸੋ ਅੱਜ ਲੈ ਕੇ ਆਇਆ ਆਪਾਂ ਰਿਐਕਸ਼ਨ ਤੁਹਾਡੇ ਵਾਸਤੇ ਅੱਡੀ ਸੁੰਨੀ ਦਾ ਟੀਜ਼ਰ ਸੋ ਸੌਂਗ ਕੱਲ੍ਹ ਆਪਾਂ ਰਿਐਕਸ਼ਨ ਕਰ ਲਿਆ ਸੀ ਅਤੇ ਅੱਜ ਟੀਜ਼ਰ ਰਿਐਕਸ਼ਨ ਕਰ ਰਹੇ ਹਾਂ ਅਤੇ ਕੱਲ੍ਹ ਨੂੰ ਆਪਾਂ ਵੀਡੀਓ ਰਿਐਕਸ਼ਨ ਕਰਾਂਗੇ ਹੋਪਫੁਲੀ ਗਰੁੱਪ ਰਿਐਕਸ਼ਨ ਅਤੇ ਉਹ ਆਊਗਾ ਲੇਟੈਸਟ ਫਰਾਈਡੇ ਮੋਰਨਿੰਗ ਆ ਜੂਗਾ ਮੇਰੇ ਸਾਹ ਨਾਲ ਫਰਾਈਡੇ ਮੋਰਨਿੰਗ ਤੁਹਾਡੇ ਨਾਲ ਰਿਐਕਸ਼ਨ ਫੁੱਲ ਗਰੁੱਪ ਰਿਐਕਸ਼ਨ ਮਿਲੂਗਾ ਗਾਈਸ ਸੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਹੁਣੀ ਸੋ ਟਾਈਮ ਵੇਸਟ ਨਾ ਕਰਦੇ ਟੀਜ਼ਰ ਰਿਐਕਸ਼ਨ ਕਰਦੇ ਹਾਂ ਦੇਖਦੇ ਹਾਂ ਕਹਾਣੀ ਕੀ ਹੋਗੀ ਸਟੋਰੀ ਕੀ ਹੋਗੀ ਅੱਡੀ ਸੁੰਨੀ ਦੀ ਟੀਜ਼ਰ 'ਚ ਇਹੀ ਮਾਲੂਮ ਹੁੰਦਾ ਆ ਸੋ ਦੇਖਦੇ ਹਾਂ ਕਿੱਦਾਂ ਦਾ ਟੀਜ਼ਰ ਆ ਸੋ ਇਟਸ ਆਲਮੋਸਟ 2 ਮਿੰਟ ਟੀਜ਼ਰ ਸੋ ਲੈਟਸ ਰਿਐਕਟ ਐਂਡ ਲੈਟਸ ਸੀ ਵਾਟ ਇਟ ਇਜ਼ ਚਲੋ ਕਰੀ ਸ਼ੁਰੂ ਰੂਪਨ ਵਾਲ ਫਿਲਮਸ ਆਪ ਚਾਹ ਬਣਾ ਰਿਹਾ ਕੱਲੇ ਕੰਮ ਕਰਾ ਰਿਹਾ ਨਿਗਾਹ ਰੱਖੀ ਠੀਕ ਹੈ ਸਮਾਨ ਸਮੂਹ ਲਾ ਦੀ ਉਹਨਾਂ ਦਾ ਮੈਨੂੰ ਏਦਾਂ ਲੱਗਦਾ ਮੈਂ ਇੱਧਰ ਆਈ ਹੋਈ ਹਾਂ ਇੱਧਰ ਲਿਆ ਕਰ ਬੜੀ ਸਿੰਪਲ ਆ ਤੂੰ ਕਿਹਦੇ ਨਾਲ ਲੱਗੀ ਇੱਥੇ ਐਵੇਂ ਲੱਗੀ ਜਾਂਦਾ ਤੈਨੂੰ ਇੱਥੇ ਹੀ ਲਿਆ ਕਰ ਬਸ ਆ ਗਏ ਅੱਡੀ ਸੁੰਨੀ ਤਾਂ ਨਹੀਂ ਮਤਲਬ ਉਹ ਕੋਈ ਐਸ਼ ਨਹੀਂ ਕਰਾਉਂਦਾ ਕੁੜੀ ਨੂੰ ਇਹ ਉਹ ਕੁੜੀ ਆ ਜਿਹੜੀ ਕਰਨ ਔਜਲੇ ਦੇ ਘਰ ਹੀ ਰਹਿੰਦੇ ਸੀ ਛੋਟੂ ਮਿਲਣ ਆ ਗਏ ਉਹ ਮਾੜਾ ਦੇਖੀ ਓਏ ਹੋਏ ਹੋਏ ਭਾਬੀ ਆ ਗਈ ਓਏ ਐਕਸ ਭਾਬੀ ਨਾ ਭਾਬੀ ਭਾਬੀ ਆ ਗਈ ਓ ਨੋ releasing tomorrow damn it so teaser de vich I'm excited to see kyunki jinnu eh pasand karda si ja jinna mohabbat se nu and oh kudi utthe aa gayi jithe oh obviously ghar chhad ke ja reha kathin kiraye te ghar chhad reha and oh ohna ohna chhadna ja reha chhadna pa reha ohna nu so ohi kudi kathin jithe karna jara ohna pyar karde se ek dooje na and then ਓਬਵੀਅਸਲੀ ਕਿਸ ਤਰੀਕੇ ਕੋਈ ਰੋਲਾ ਪਿਆ ਹੋਣਾ ਅਤੇ ਉਹਨਾਂ ਦਾ ਰਿਸ਼ਤਾ ਟੁੱਟ ਗਿਆ ਹੋਣਾ ਅਤੇ ਉਹ ਓਬਵੀਅਸਲੀ ਕਿਸੇ ਨਾਲ ਹੋਣਾ ਵਿਆਹ ਹੋ ਗਿਆ ਅਤੇ ਬੱਚਾ ਵੀ ਹੈਗਾ ਔਰ ਨਾ ਉਹੀ ਬੱਚੇ ਦੇ ਨਾਲ ਉਹਨੂੰ ਟੱਕਰੇ ਹੋ ਰਹੇ ਆ ਅਤੇ ਉਹਨੇ ਓਬਵੀਅਸਲੀ ਮਤਲਬ ਅੱਛਾ ਉਹਨੂੰ ਪੁੱਛ ਰਿਹਾ ਸੀ ਤੈਨੂੰ ਅੱਡੀ ਸੁੰਨੀ ਤਾਂ ਨਹੀਂ ਮਤਲਬ ਲਾਈਕ ਹੀ ਜੋ ਸੀਗੀ ਉਹ ਹੈ ਨਹੀਂ ਹੁਣ ਸੋ ਉਹਨੂੰ ਦੇਖ ਕੇ ਉਹਨੇ ਗਾਣਾ ਲਿਖ ਗਾਇਆ ਉਸ ਵੇਲੇ ਸੋ ਗਾਣਾ ਮੈਚ ਕਰ ਰਿਹਾ ਸਟੋਰੀ ਮੈਚ ਕਰੂਗੀ 100% ਅਤੇ ਆਮ ਐਕਸਾਈਟਿਡ ਫੋਰ ਦਿਸ ਫੁੱਲ ਸਟੋਰੀ ਗਾਣਾ ਕਿੱਦਾਂ ਦਾ ਹੁੰਦਾ ਆ ਅਤੇ ਕਾਫੀ ਇੰਟਰਸਟਿੰਗ ਹੋਣ ਵਾਲਾ ਆ ਅਤੇ ਬਿਕੋਜ਼ ਉਹਨੇ ਇਸ ਉਹ ਪੁਰਾਣੀ ਯਾਦਾਂ ਉਹਨੂੰ ਹੋਣੀ ਆ ਐਂਡ ਇਟਸ ਗੋਇੰ ਬੀ ਆਈ ਥਿੰਕ ਇਟਸ ਗੋਇੰ ਬੀ ਵਨ ਆਫ ਦ ਇਮੋਸ਼ਨਲ ਮਿਊਜ਼ਿਕ ਵੀਡੀਓ ਵੇਅਰ ਹੀ ਇਸ ਗੋਇੰ ਬੀ ਡਿਪਰੈਸਿੰਗ ਲਾਈਕ ਹੈ ਨਾ ਉਹ ਦਿਲ ਟੁੱਟਿਆ ਹੋਣਾ ਕਿੱਦਾਂ ਉਹ ਦੇਖਣਾ ਕਿੱਦਾਂ ਟੁੱਟਿਆ ਬੈਕਗਰਾਊਂਡ ਬੈਕਡ੍ਰੋਪ ਵੀ ਹੋਊਗਾ ਕਿਉਂ ਉਹਨਾਂ ਦਾ ਰਿਸ਼ਤਾ ਟੁੱਟਿਆ ਕਿਉਂ ਹੁਣ ਕਿੱਦਾਂ ਉਹ ਹੁਣ ਕੀ ਉਹ ਹੋਣ ਅਤੇ ਬਿਫੋਰ ਐਂਡ ਆਫਟਰ ਕੀ ਫੀਲਿੰਗ ਆ ਉਹਦੀਆਂ ਉਹ ਐਕਸਪਲੇਨ ਕਰਨੀਆਂ ਸੋ ਆਮ ਐਕਸਾਈਟਿਡ ਇੰਜੋਏਬਲ ਹੋਊਗੀ ਮਿਊਜ਼ਿਕ ਵੀਡੀਓ ਕੱਲ੍ਹ ਨੂੰ ਰਿਐਕਸ਼ਨ ਆ ਰਿਹਾ ਗਾਈਜ਼ ਗਰੁੱਪ ਰਿਐਕਸ਼ਨ ਮਿਲੂਗਾ ਤੁਹਾਨੂੰ ਫਰਾਈਡੇ ਅਤੇ ਮੋਰਨਿੰਗ ਸੋ ਸਟੇ ਟਿਊਨ ਗਾਈਜ਼ ਸਬਸਕ੍ਰਾਈਬ ਕਰ ਲਿਆ ਚੈਨਲ ਨੂੰ ਸੋ ਅੰਟਿਲ ਗਾਈਜ਼ ਵਰਕ ਹਾਰਡ ਸਟੇ ਹੰਬਲ ਟੇਕ ਕੇਅਰ